खीसा मेरा हाथ तेरा। स्टेशन ते बैठे आ, ट्रेन की वेट कर रहे हैं, रात का समा वा, चौंकड़ा मार के बैठे आ। एक पीपे दे विच सब्जी बनाउंदे हन, ते जिहड़ा पीपे का ही ढक्कण लाया हुंदा वा उहो ही उहनां दा तवा है। जे ते लूण मिर्च है तां सब्जी च पै गया, नहीं है तां जो हैगा वा उदां ही छक के। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਗੋਦਾਵਰੀ ਦਾ ਕੰਢਾ, ਗੁਰੂ ਸਾਹਿਬ ਨੇ ਆਪਣਾ ਜਿਹੜਾ ਵਾ ਸਾਰੀ ਯਾਤਰਾ ਤੋਂ ਬਾਅਦ 'ਚ ਇੱਥੇ ਆ ਕੇ ਆਪਣਾ ਅਖੀਰਲਾ ਸਮਾਂ ਬਤੀਤ ਕੀਤਾ। ਸੱਚਖੰਡ ਚਲੇ ਗਏ। ਇੱਥੇ ਬਾਬਾ ਨਿਧਾਨ ਸਿੰਘ ਜੀ ਦਾ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਦੇ ਹਾਂ। ਬਾਬਾ ਨਿਧਾਨ ਸਿੰਘ ਜੀ ਦਾ ਜਿਹੜਾ ਜਨਮ ਹੋਇਆ 1882 ਦੇ ਵਿੱਚ, ਅਤੇ ਹੋਇਆ ਨਡਾਲੋਂ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ। ਪਰ ਬਚਪਨ ਤੋਂ ਹੀ ਜਿਹੜੀ ਨਾ ਉਹਨਾਂ ਨੂੰ ਰੱਬੀ ਲਗਨ ਲੱਗੀ ਸੀਗੀ, ਅਤੇ ਬੰਦਗੀ ਦੇ ਵਿੱਚ ਆਪਣਾ ਮਸਤ ਰਹਿੰਦੇ ਸੀਗੇ। ਸਮਾਂ ਪਾ ਕੇ ਉਹ 18 ਸਾਲ ਦੀ ਉਮਰ 'ਤੇ ਘਰ ਛੱਡ ਕੇ ਤਾਂ ਚਲੇ ਗਏ ਉਸ ਵੇਲੇ ਝਾਂਸੀ ਜਾ ਕੇ ਫੌਜ ਦੀ ਨੌਕਰੀ ਲੈ ਲਈ। ਉੱਥੇ ਫੌਜ ਦੀ ਨੌਕਰੀ ਤਾਂ ਕਰਦੇ ਆ, ਪਰ ਦਿਲ ਜਿਹੜਾ ਵਾ ਨਾ ਉਹ ਹਰ ਵੇਲੇ ਜੁੜਿਆ ਰਹਿੰਦਾ ਪਰਮੇਸ਼ਰ ਦੇ ਨਾਲ। ਅਤੇ ਨਾ ਉਹ ਜਿਹੜੀ ਨੌਕਰੀ ਉਹਨਾਂ ਨੂੰ ਝੂਠੀ ਲੱਗੀ, ਅਤੇ ਸੱਚੇ ਸਰਕਾਰ ਦੀ ਸੱਚੀ ਨੌਕਰੀ ਕਰਨ ਦੀ ਜਿਹੜੀ ਲਾਲਸਾ ਅੰਦਰ ਬਹੁਤ ਜਾਗੀ, ਉੱਥੋਂ ਨੌਕਰੀ ਛੱਡ ਕੇ ਚੱਲ ਪੈਂਦੇ ਆ ਜੀ ਹਜ਼ੂਰ ਸਾਹਿਬ ਨੂੰ। ਅਤੇ ਉਸ ਵੇਲੇ ਲੰਗਰ ਸਾਹਿਬ ਥਾਂ ਦਾ ਸਥਾਨ ਨਹੀਂ ਹੈ, ਉਹ ਆਉਂਦੇ ਤਖ਼ਤ ਸਾਹਿਬ। ਤਖ਼ਤ ਸਾਹਿਬ ਆਣ ਕੇ 12 ਸਾਲ ਸੇਵਾ ਕਰਦੇ, ਦੋ ਹੀ ਕੰਮ ਜੀ, ਸੇਵਾ ਅਤੇ ਸਿਮਰਨ। ਪਤਾ ਨਹੀਂ ਕਿੰਨੀ ਕੁ ਗੁਰੂ ਸਾਹਿਬ ਦੀ ਖੁਸ਼ੀ ਮਿਲੀ ਹੋਊਗੀ ਉਹਨਾਂ ਦਾ। ਜਦੋਂ ਬਾਬਾ ਜੀ ਦਾ ਬਹੁਤ ਸਤਿਕਾਰ ਵੱਧ ਗਿਆ ਇਲਾਕੇ ਦੇ ਵਿੱਚ, ਫਿਰ ਉੱਥੇ ਮੇਰੇ ਵਰਗੇ ਵੀ ਆ ਜਾਂਦੇ ਆ ਜਿਨ੍ਹਾਂ ਦੀ ਆਪਣੀ ਕਮਾਈ ਕੋਈ ਨਹੀਂ ਹੁੰਦੀ, ਅਤੇ ਸੰਤਾਂ ਮਹਾਂਪੁਰਖਾਂ ਤੋਂ ਫਿਰ ਉਹ ਸੜਦੇ ਆ। ਫਿਰ ਉਹ ਲੋਕ ਜਿਹੜੇ ਸੀ ਨਾ ਉਹ ਬਾਬਾ ਜੀ ਨੂੰ ਇੱਥੇ ਤੰਗ ਕਰਨ ਲੱਗੇ, ਅਤੇ ਬਾਬਾ ਜੀ ਨੇ ਫਿਰ ਸੋਚਿਆ ਕਿ ਹੁਣ ਲੜਨਾ ਤਾਂ ਸਾਡਾ ਕੋਈ ਇਹਨਾਂ ਦੇ ਨਾਲ ਕੋਈ ਮਿਸ਼ਨ ਨਹੀਂ ਹੈਗਾ, ਅਤੇ ਆਪਾਂ ਸੇਵਾ ਹੀ ਕਰਨੀ ਆ, ਆਪਾਂ ਇੱਦਾਂ ਕਰਦੇ ਪੰਜਾਬ ਜਾ ਕੇ ਸੇਵਾ ਕਰ ਲੈਂਦੇ ਹਾਂ। ਤਾਂ ਉਸ ਵੇਲੇ ਫਿਰ ਬਾਬਾ ਨਿਧਾਨ ਸਿੰਘ ਜੀ ਜਿਹੜੇ ਇੱਥੋਂ ਚੱਲ ਪੈਂਦੇ ਆ, ਨੰਦੇੜ ਦੇ ਸਟੇਸ਼ਨ 'ਤੇ ਪਹੁੰਚਦੇ ਆ। ਸਟੇਸ਼ਨ 'ਤੇ ਬੈਠੇ ਆ, ਟ੍ਰੇਨ ਦੀ ਵੇਟ ਕਰ ਰਹੇ ਆ, ਰਾਤ ਦਾ ਸਮਾਂ ਵਾ, ਚੌਂਕੜਾ ਮਾਰ ਕੇ ਬੈਠੇ ਆ। ਉਸੇ ਨਿਰੰਕਾਰ ਜਿਨ੍ਹਾਂ ਅੱਗੇ ਜੁੜੇ ਰਹਿੰਦੇ ਆ ਉੱਥੇ ਜੁੜੇ ਹੋਏ ਆ, ਚਿੱਤ ਪੂਰਾ ਲੱਗਾ ਹੋਇਆ ਵਾ। ਚਿੱਤ ਲੱਗੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੁੰਦੇ ਆ, ਪ੍ਰਕਾਸ਼ ਹੋ ਜਾਂਦਾ, ਗੁਰੂ ਸਾਹਿਬ ਆਉਂਦੇ ਆ, ਘੋੜੇ 'ਤੇ ਚੜ੍ਹੇ ਆ, ਬਾਜ ਕੋਲ ਆ। ਜਦੋਂ ਬਾਬਾ ਜੀ ਅੱਖਾਂ ਖੋਲ੍ਹਦੇ ਆ ਮਹਾਰਾਜ ਦੇ ਦਰਸ਼ਨ ਕਰਕੇ, ਚੱਕਾ ਚੌਂਦ ਹੋ ਜਾਂਦੇ ਆ, ਹੈਰਾਨ ਹੋ ਜਾਂਦੇ ਆ। ਅਤੇ ਦੇਖੋ ਜੀ, ਸਿੱਖ ਕਿੰਨਾ ਵੀ ਸਟਰੋਂਗ ਹੋਵੇ, ਆਪਣੀ ਭਾਵੇਂ ਸ਼ਹਾਦਤ ਵੀ ਦੇਣ ਦਾ ਮਾਦਾ ਰੱਖਦਾ ਹੋਵੇ, ਪਰ ਜਦੋਂ ਗੁਰੂ ਦੇ ਦਰਸ਼ਨ ਹੋ ਜਾਣ ਉੱਥੇ, ਤਾਂ ਫਿਰ ਮੋਮ ਵਾਂਗੂ ਪਿਘਲ ਜਾਂਦਾ ਵਾ। ਮਹਾਂਪੁਰਖ ਵੀ ਆਪਣਾ ਸਿਰ ਜਿਹੜਾ ਵਾ ਇਹ ਗੁਰੂ ਸਾਹਿਬ ਦੇ ਚਰਨਾਂ 'ਤੇ ਰੱਖ ਕੇ, ਅਤੇ ਆਪਣੇ ਅਥਰੂਆਂ ਦੇ ਨਾਲ ਗੁਰੂ ਸਾਹਿਬ ਦੇ ਚਰਨ ਧੋ ਦਿੰਦੇ ਆ। ਗੁਰੂ ਸਾਹਿਬ ਪੁੱਛਦੇ ਆ, ਸਿੰਘਾਂ ਕਿੱਥੇ ਚੱਲਾਂ ਵਾਂ? ਮਹਾਂਪੁਰਖ ਕਹਿੰਦੇ ਜੀ, ਇੱਥੇ ਹੁਣ ਸੇਵਾ ਨਹੀਂ ਕਰਨ ਦਿੰਦੇ, ਆਪਾਂ ਪੰਜਾਬ ਜਾ ਕੇ ਸੇਵਾ ਕਰਾਂਗਾ। ਗੁਰੂ ਸਾਹਿਬ ਕਹਿੰਦੇ, ਨਹੀਂ, ਤੂੰ ਇੱਥੇ ਹੀ ਸੇਵਾ ਕਰ। ਨਗੀਨਾ ਸਾਹਿਬ ਦੇ ਨਾਲ ਸਾਡਾ ਪੁਰਾਤਨ ਲੰਗਰ ਸਾਹਿਬ ਦਾ ਸਥਾਨ ਹੈ, ਜਿੱਥੇ ਅਸੀਂ ਲੰਗਰ ਛਕਦੇ ਹੁੰਦੇ ਸੀ, ਜਾ ਕੇ ਉਸ ਨੂੰ ਪ੍ਰਗਟ ਕਰ, ਉੱਥੇ ਲੰਗਰ ਸਾਹਿਬ ਚਲਾ। ਔਰ ਵਰ ਦਿੱਤਾ, ਖੀਸਾ ਮੇਰਾ ਹੱਥ ਤੇਰਾ। ਖੀਸਾ ਹੁੰਦਾ ਜੀ ਜੇਬ, ਪੋਕਿਟ। ਖੀਸੇ ਦਾ ਮਤਲਬ ਕਿ ਪੈਸਾ ਮੇਰਾ ਅਤੇ ਹੱਥ ਤੇਰਾ। ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਆ ਉਹ ਕਲਗੀਆਂ ਵਾਲੇ ਪਾਤਸ਼ਾਹ, ਉਹ ਸੱਚੇ ਪਾਤਸ਼ਾਹ, ਸੱਚੀ ਸਰਕਾਰ, ਇੰਨਾ ਵੱਡਾ ਵਰ ਦੇ ਕੇ ਉਹਨਾਂ ਨੂੰ ਵਾਪਸ ਭੇਜਿਆ ਉੱਥੋਂ ਕਿ ਤੁਸੀਂ ਜਾਓ। ਬਾਬਾ ਜੀ ਨੇ ਆਣ ਕੇ ਗੁਰੂ ਸਾਹਿਬ ਦੇ ਦੱਸੇ ਮੁਤਾਬਕ ਨਗੀਨਾ ਘਾਟ ਸਾਹਿਬ ਆਪਾਂ ਦਰਸ਼ਨ ਕਰ ਰਹੇ ਹਾਂ, ਉਹਦੇ ਬਿਲਕੁਲ ਲਾਗੇ ਇਹ ਲੰਗਰ ਸਾਹਿਬ ਵਾਲਾ ਸਥਾਨ ਆ, ਇਸ ਸਥਾਨ 'ਤੇ ਆਣ ਕੇ ਲੰਗਰ ਲਾ ਦਿੱਤਾ। ਹੁਣ ਸੰਗਤ ਜੀ, ਇੱਥੇ ਸਭ ਤੋਂ ਵੱਡੀ ਜ਼ਿਕਰਯੋਗ ਗੱਲ ਇਹ ਆ ਕਿ ਉਹਨਾਂ ਦੇ ਕੋਲ ਪੈਸਾ ਇੱਕ ਵੀ ਨਹੀਂ ਆ, ਇੱਕ ਵੀ ਨਹੀਂ ਪੈਸਾ। ਨਾਲ ਥੋੜ੍ਹੇ ਸਿੰਘ ਹਨ, ਸਿੰਘਾਂ ਨੂੰ ਕਹਿੰਦੇ ਜਾਓ ਲੰਗਰ ਵਾਸਤੇ ਲੈ ਕੇ ਆਓ ਕੁਛ। ਸਿੰਘ ਵੀ ਸੱਤ ਬਚਨ ਕਹਿ ਕੇ ਤੁਰ ਪੈਂਦੇ ਹਨ। ਔਰ ਇੱਥੋਂ ਤੱਕ ਇਤਿਹਾਸ 'ਚ ਲਿਖਿਆ ਕਿ ਜਦੋਂ ਲੋਕ, ਜਿਵੇਂ ਆਪਾਂ ਕੋਈ ਗੋਭੀ ਖਾਂਦੇ ਹਾਂ, ਅਤੇ ਗੋਭੀ ਤਾਂ ਫੁੱਲ ਚੀਰ ਲੈਂਦੇ, ਅਤੇ ਬਾਕੀ ਪੱਤੇ ਜੇ ਤੰਦਲਾਂ ਜੀਆਂ ਰਹਿ ਜਾਂਦੀਆਂ, ਇੱਦਾਂ ਜਿਹੜੀ ਹਰੀ ਸਬਜ਼ੀ ਵਰਤ ਕੇ ਬਾਕੀ ਸੁੱਟੀ ਹੁੰਦੀ ਲੋਕਾਂ ਦੀ, ਉਹ ਲਿਆ ਕੇ ਧੋ ਕੇ। ਅੱਜ ਦਾ ਜ਼ਮਾਨਾ ਨਹੀਂ ਜੀ, ਹੁਣ ਤਾਂ ਕਿਸੇ ਚੀਜ਼ ਨੂੰ ਹੱਥ ਲਾਉਣ ਜੋਗੇ ਨਹੀਂ ਰਹੇ ਅਸੀਂ, ਜਿਹੜਾ ਅੱਜ ਦਾ ਹਾਈਜੈਨਿਕ ਸਿਸਟਮ ਹੋ ਗਿਆ, ਅਤੇ ਇਨਫੈਕਸ਼ਨਸ ਦਾ ਡਰ ਰਹਿ ਗਿਆ। ਗੋਦਾਵਰੀ ਦੇ ਪਵਿੱਤਰ ਜਲ ਦੇ ਵਿੱਚ ਧੋ ਕੇ ਉਸੇ ਦਾ ਲੰਗਰ ਬਣਾਉਂਦੇ ਹਨ। ਔਰ ਇਹ ਲਿਖਿਆ ਵਾ ਉਹਨਾਂ ਕੋਈ ਪਤੀਲਾ ਨਹੀਂ ਆ, ਅੱਗ ਬਾਲ ਕੇ ਇੱਕ ਪੀਪੇ ਦੇ ਵਿੱਚ ਸਬਜ਼ੀ ਬਣਾਉਂਦੇ ਹਨ, ਅਤੇ ਜਿਹੜਾ ਪੀਪੇ ਦਾ ਹੀ ਢੱਕਣ ਲਾਇਆ ਹੁੰਦਾ ਵਾ ਉਹ ਹੀ ਉਹਨਾਂ ਦਾ ਤਵਾ ਹੈ, ਉਹਦੇ ਉੱਤੇ ਹੀ ਪ੍ਰਸ਼ਾਦਾ ਬਣਾਉਂਦੇ ਹਨ। ਜਿੰਨਾ ਚਿਰ ਜੇ ਤਾਂ ਲੂਣ ਮਿਰਚ ਹੈ ਤਾਂ ਸਬਜ਼ੀ 'ਚ ਪੈ ਗਿਆ, ਨਹੀਂ ਹੈ ਤਾਂ ਜੋ ਹੈਗਾ ਵਾ ਉੱਦਾਂ ਹੀ ਛੱਕ ਕੇ। ਗੁਰੂ ਗੁਰੂ ਕਰਦੇ, ਦੂਜਿਆਂ ਨੂੰ ਛਕਾਉਣਾ, ਆਪ ਛਕਣਾ, ਇੰਨਾ ਕਿਰਪਾ ਕੀਤੀ ਗੁਰੂ ਸਾਹਿਬ ਨੇ
ਉੱਥੋਂ ਫਿਰ ਲੰਗਰ ਸਾਹਿਬ ਚੱਲਿਆ ਔਰ ਅੱਜ ਤਕਰੀਬਨ ਜੇ 100 ਸਾਲ ਬਾਅਦ ਦੇਖੀਏ 100 ਤੋਂ ਉੱਪਰ ਸਾਲ ਹੋ ਗਿਆ ਇੱਥੇ ਦੇਸੀ ਘਿਓ ਦੀਆਂ ਲਹਿਰਾਂ ਬਹਿਰਾਂ ਦੇ ਨਾਲ ਲੰਗਰ ਚੱਲਦਾ ਹੈ ਜੀ। ਇਹ ਗੁਰੂ ਸਾਹਿਬ ਦੇ ਬਚਨ ਜਿਹੜੇ ਉਹ ਪ੍ਰਤੱਖ ਹੋਏ ਕਿ ਖੀਸਾ ਮੇਰਾ ਹੱਥ ਤੇਰਾ। ਇਸ ਸਥਾਨ 'ਤੇ ਅੱਜ ਤੁਸੀਂ ਦਰਸ਼ਨ ਕਰ ਰਹੇ ਲੰਗਰ ਸਾਹਿਬ ਉਹ ਜਿੱਥੇ ਨਿਸ਼ਾਨ ਸਾਹਿਬ ਦਿਖਦੇ ਆ ਉਹ ਅੰਗੀਠਾ ਸਾਹਿਬ ਹੈ ਬਾਬਾ ਨਿਧਾਨ ਸਿੰਘ ਜੀ ਦਾ। 4 ਅਗਸਤ 1947 ਨੂੰ ਬਾਬਾ ਜੀ ਜਿਹੜੇ ਆ ਉਹ ਇਹ ਸਰੀਰ ਛੱਡ ਕੇ ਅਤੇ ਚਲੇ ਜਾਂਦੇ ਹਨ। ਬਾਬਾ ਜੀ ਤੋਂ ਬਾਅਦ 'ਚ ਫਿਰ ਇੱਥੇ ਬਾਬਾ ਹਰਨਾਮ ਸਿੰਘ ਜੀ, ਬਾਬਾ ਆਤਮਾ ਸਿੰਘ ਜੀ ਮੋਨੀ ਔਰ ਉਸ ਤੋਂ ਬਾਅਦ 'ਚ ਬਾਬਾ ਸ਼ੀਸ਼ਾ ਸਿੰਘ ਜੀ ਹੁਣਾਂ ਨੇ ਸੇਵਾ ਨਿਭਾਈ ਔਰ ਅੱਜ ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਹਨ ਉਹ ਇੱਥੇ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਕੀ ਜਿੱਥੇ ਜਿੱਥੇ ਸਿੰਘ ਸਿੱਖ ਸੰਗਤ ਵੱਸਦੀ ਹੈ ਉੱਥੋਂ ਰਸਦਾਂ ਬਸਦਾਂ ਇਸ ਲੰਗਰ ਵਾਸਤੇ ਆਉਂਦੀਆਂ ਹਨ। ਲੋਕ ਛੱਕ ਕੇ ਵੀ ਧੰਨ ਹੁੰਦੇ ਹਨ, ਸੇਵਾ ਕਰਕੇ ਧੰਨ ਹੁੰਦੇ ਹਨ। ਇਹ ਉਹ ਲੰਗਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ 20 ਰੁਪਿਆਂ ਦਾ ਚਲਾਇਆ ਉਹ ਲੰਗਰ ਵਾਧਾ ਵਾਧਾ 10ਵੇਂ ਪਾਤਸ਼ਾਹ ਦੇ ਆਸ਼ੀਰਵਾਦਾਂ ਸਦਕਾ ਅੱਜ ਗੁਰਦੁਆਰਾ ਲੰਗਰ ਸਾਹਿਬ ਦੇ ਨਾਂ ਦੇ ਉੱਤੇ ਹਜ਼ੂਰ ਸਾਹਿਬ ਵਿੱਚ ਮਸ਼ਹੂਰ ਹੈ ਔਰ ਇੱਥੇ ਹਰ ਸੰਗਤ ਜਿਹੜੀ ਤਖ਼ਤ ਸਾਹਿਬ ਨਮਸਕਾਰ ਕਰਨ ਆਉਂਦੀ ਹੈ ਉਹ ਇੱਥੇ ਆਉਂਦੀ ਹੈ। ਤਖ਼ਤ ਸਾਹਿਬ ਜਿੱਥੇ ਬਹੁਤ ਸੋਹਣੀਆਂ ਰਿਹਾਇਸ਼ਾਂ ਹਨ ਉੱਥੇ ਇੱਥੇ ਜਿਹੜੀ ਬਿਲਡਿੰਗ 'ਤੇ ਅਸੀਂ ਖੜ੍ਹੇ ਹਾਂ ਇਹ ਵੀ ਤਕਰੀਬਨ 12-13 ਮੰਜ਼ਿਲਾਂ ਹਨ ਘੱਟ ਤੋਂ ਘੱਟ, ਬਿਲਕੁਲ ਉਹਦੇ ਸਿਰੇ 'ਤੇ ਖੜ੍ਹੇ ਹਾਂ। ਇਹ ਵੀ ਸੰਗਤ ਦੀ ਸਰਾਂ ਹੈ, ਪਿੱਛੇ ਦੇਖਦੀ ਉਹ ਵੀ ਸੰਗਤ ਦੀ ਸਰਾਂ ਹੈ, ਉਸ ਤੋਂ ਪਿੱਛੇ ਵੱਡੀ ਬਿਲਡਿੰਗ ਬਣ ਰਹੀ ਉਹ ਵੀ ਸੰਗਤ ਦੀ ਸਰਾਂ ਹੈ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਵੀ ਸੰਗਤ ਦੀ ਸਰਾਂ ਹੈ, ਗੱਡੀਆਂ ਖੜੀਆਂ ਹੋਣ ਦਾ ਥਾਂ, ਰਮਣੀਕ ਸਥਾਨ ਗੋਦਾਵਰੀ ਦਾ ਇਹ ਉਹ ਸਥਾਨ ਜਿਹੜਾ ਯੁੱਗਾਂ ਦੇ ਉੱਤੋਂ ਜਿਹੜਾ ਬੰਦਗੀ ਕਰਨ ਵਾਲੇ ਰਿਸ਼ੀਆਂ ਮੁਨੀਆਂ ਭਗਤਾਂ ਦੀ ਥਾਂ, ਉਸ ਥਾਂ ਦੇ ਉੱਤੇ ਅੱਜ ਵੀ ਆਣ ਕੇ ਉੱਥੋਂ ਦੀ ਵਾਈਬ੍ਰੇਸ਼ਨ ਫੀਲ ਕਰਕੇ ਬੰਦਾ ਜਿਹੜਾ ਵਾ ਉਹ ਬਲਿਸ ਦੇ ਵਿੱਚ ਚਲਿਆ ਜਾਂਦਾ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਇਸ ਸਥਾਨ ਦੇ ਦਰਸ਼ਨ ਕਰਵਾਏ, ਤੁਹਾਡੇ ਨਾਲ ਸਾਂਝ ਪਾਉਣ ਦਾ ਮੌਕਾ ਮਿਲਿਆ। ਨਮਸਕਾਰ ਹੈ ਗੁਰੂ ਸਾਹਿਬ ਜੀ ਨੂੰ, ਨਮਸਕਾਰ ਹੈ ਬਾਬਾ ਨਿਧਾਨ ਸਿੰਘ ਜੀ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਇੰਨਾ ਪਿਆਰ ਕੀਤਾ ਕਿ ਗੁਰੂ ਸਾਹਿਬ ਜਿਹੜੇ ਆ ਉਹਨਾਂ ਨੇ ਵੇਖੋ ਆਪ ਪ੍ਰਗਟ ਹੋ ਕੇ ਅਤੇ ਆਪਣੇ ਸੇਵਕ ਨੂੰ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਹ ਗੁਰੂ ਸਾਹਿਬ ਜਿਨ੍ਹਾਂ ਨੇ ਉੱਦਾਂ ਦੇ ਅਸੀਂ ਲੱਖ ਵਾਰੀ ਸ਼ੰਕੇ ਕਰੀ ਜਾਈਏ, ਜਿਨ੍ਹਾਂ ਨੇ ਗੁਰੂ ਸਾਹਿਬ ਨੇ ਆਪਣੇ ਸੇਵਕ ਨੂੰ ਨਿਕਟ ਹੋ ਕੇ ਦਿਖਾ ਦਿੱਤਾ, ਗੁਰੂ ਸਾਹਿਬ ਕਿਰਪਾ ਕਰਨ ਐਵੇਂ ਆਲੇ ਦੁਆਲੇ ਦੇ ਝਮੇਲੇ ਛੱਡ ਕੇ ਬਹਿਸਬਾਜ਼ੀਆਂ ਸੱਜ ਕੇ ਤਰਕ ਛੱਡ ਕੇ ਗੁਰੂ ਦੀ ਬਾਣੀ ਪੜ੍ਹੀਏ। ਇਹਨਾਂ ਗੁਰਸਿੱਖਾਂ ਤਿੰਨਾਂ ਦੇਖ ਮਨ ਚਾਓ ਉਹ ਠੰਡਾ ਹਉ ਕਦ ਪਾਈ ਗੁਣਤਾਸਾ, ਇਹੋ ਜਿਹੇ ਗੁਰੂ ਦੇ ਪਿਆਰਿਆਂ ਦਾ ਜੀਵਨ ਪੜ੍ਹ ਕੇ ਆਪਾਂ ਵੀ ਲੱਗੀਏ ਇਸ ਕਾਰ ਦੇ ਵਿੱਚ ਤਾਂ ਜੋ ਸਾਡਾ ਵੀ ਲੋਕ ਸੁਖੀਏ, ਪਰਲੋਕ ਸੁਹੇਲੇ ਵਾਲਾ ਜੀਵਨ ਹੋਵੇ। ਗੁਰੂ ਸਾਹਿਬ ਕਿਰਪਾ ਕਰਨ ਹੋਈਆਂ ਭੁੱਲਾਂ ਦੀਆਂ ਅਨੇਕਾਂ ਅਨੇਕਾਂ ਮੁਆਫੀਆਂ ਜੀ। ਸੇਵਾ ਪ੍ਰਵਾਨ ਕਰਨੀ, ਵੀਡੀਓ ਸ਼ੇਅਰ ਜ਼ਰੂਰ ਕਰਨਾ, ਪੇਜ ਨਿਸ਼ਾਨ ਸਿੰਘ ਆਸਟ੍ਰੇਲੀਆ ਯੂਟਿਊਬ ਅਤੇ ਫੇਸਬੁੱਕ 'ਤੇ ਲਾਈਕ ਸ਼ੇਅਰ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।